ਭਾਈ ਜੀ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਦੇ ਆਏ ਮਨ ਆਲਸੀ ਹੈ ਜਪਦਾ ਨਹੀਂ ਇਸ ਕੀ ਸੈਟ ਨਹੀਂ ਚੇਂਜ ਕਰ ਇਸਕੋ ਸਹੀ ਹਾਈ ਕਰ ਹਾਈ ਇਹ ਮਨ ਆਲਸੀ ਹੈ ਪਰ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਗੁਰਮੁਖ ਪਿਆਰੇ
ਨਾਮ ਨਾਲ ਜੁੜ ਜਾਂਦੇ ਨੇ। ਸਤਿਗੁਰੂ ਜੀ ਕੀ ਪ੍ਰੇਰਨਾ ਦਿੰਦੇ ਨੇ, ਆਓ ਪਿਆਰ ਨਾਲ ਜੁੜਨਾ ਕਰੀਏ। ਪਈ ਰੇ ਇਸ ਮਨ ਕੋ ਸਮਝਾਏ, ਇਸ ਮਨ ਕੋ ਸਮਝਾਏ ਭਗਤੇ, ਇਸ ਮਨ ਕੋ ਹੈ
ਹਰ ਭਗਤਾ ਹਰ ਤਨ ਰਸ ਹੈ ਗੁਰ ਪੁੱਛ ਕਰੇ ਵਪਾਰ ਗੁਰ ਪੁੱਛ ਕਰੇ ਵਪਾਰ ਹਰ ਨਾਮ ਸਲਾਹ ਸਦਾ ਭਗਤ ਹਰ ਕਾ ਪਿਆਰ ਹੈ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵੀ ਚਰ ਜੇ ਗੁਰਮੁਖ ਕਰੇ ਵੀ ਚਰ ਖੰਡ ਭਗਤ ਨਾ ਹੋਵੇ ਪਾਖੰਡ ਭਗਤ ਨਾ ਹੋਵੇ ਦੁਬਿਧਾ ਬੋਲ ਖੁਆਰ ਦੁਬਿਧਾ ਬੋਲ ਖੁਆਰ ਸੋ ਜਨ ਰਲਾਇਆ ਨਾਰਲੇ ਸੋਜਨ ਰਲਾਇਆ ਨਾਰ ਲੈ ਜਿਸ ਅੰਤਰ ਵਿਵੇਕ ਵਿਚਾਰ ਜਿਸ ਮਨ ਕੋ
ਹਰ ਆਖੀਏ ਸੋ ਸੇਵਕ ਹਰ ਆਖੀਏ ਜੋ ਹਰ ਰਾਖੇ ਉਤਾਰ ਜੋ ਹਰ ਰਾਖੇ ਉਤਾਰ ਸੋ ਜੋ ਹਰ ਰਾਖੇ ਉਰਤਾਰ ਮਨ ਤਨ ਸੋਪੇ ਆਗੇ ਤਰੇ ਹਉ ਮੈਂ ਵਿੱਚੋਂ ਤਨ ਗੁਰਮੁਖ ਸੋ ਪਰਵਾਨ ਹੈ ਜੇ ਕਦੇ ਨਾ ਆਵੇ ਹਾਰ ਕਰਮ ਮਿਲੇ ਲੱਖ ਚੁਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੇ ਹਰਿਆ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਦਾ ਹਰ ਨਾਮ ਸਮਾਏ ਲੱਖ ਚੁਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੇ ਹਰ ਆਏ ਜਿਸ ਮੇਲੇ ਸੋ ਮਿਲੇ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸਦਾ ਹਰ ਨਾਮ
ਵਾਹਿਗੁਰੂ 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 ਸੰਗਤ ਉੱਚੀ ਵਾਹਿਗੁਰੂ ਵਾਹਿਗੁਰੂ ਹੋਰ ਉੱਚੀ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਝੇ ਨਾ ਲਾਗੈ ਤਾਤਾ ਚੋਲਾ ਹੇ ਮੇਰੇ ਮਨਾ ਵਾਹਿਗੁਰੂ ਦੇ ਨਾਮ ਦਾ ਓਲਾ ਆਸਰਾ ਲੈ ਓਟ ਲੈ ਕੀ ਹੋਵੇਗਾ ਤੁਝੇ ਨਾ ਲਾਗੈ ਤਾਤਾ ਚੋਲਾ ਤੱਤੇ ਝੋਲਿਆਂ ਦਾ ਜਮਾਂ ਦੇ ਤੱਤੇ ਝੋਲਿਆਂ ਦਾ ਤੇਰੇ 'ਤੇ ਅਸਰ ਨਹੀਂ ਹੋਵੇਗਾ ਜਦੋਂ ਨਾਮ ਦਾ ਆਸਰਾ ਓਲਾ ਲਏਗਾ ਅੱਗੇ ਅੱਗੇ ਦਾਸ ਔਰ ਪਿੱਛੇ ਪਿੱਛੇ ਸਾਰੀ ਸੰਗਤ ਜਪਣਾ ਕਰੇਗੀ ਹਰ ਨਾਮ ਕਾ ਓਲਾ ਹਰ ਨਾਮ ਕਾ ਓਲਾ ਓਲਾ ਜਪੋ ਜੀ ਹਰ ਨਾਮ ਕਾ ਓਲਾ ਹਰ ਨਾਮ ਕਾ ਓਲਾ ਓਲਾ ਹਰ ਨਾਮ ਕਾ ਓਲਾ
होत छुटारा। अनक जतन नहीं होत छुटारा। बहुत से हर की सेवा निर्मल हे ते प्रभु की दर गहे सो बसे ते दर गहे सो बसे ते प्रभु की दर गहे सो बसे ते ओला 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 जम्बो हित पैसा गिर मही जम्बो हित पैसा गिर मही अंधकार अंधकार दीपक दीपा है। अग्नि शीत का लहस दुख है। अग्नि शीत का लहस दुख है। नाम जपत हर नाम का ओला।
ਮੇਰੇ ਮਨ ਕੀ ਪਿਆਸ ਤੇਰੇ ਮਨ ਕੀ ਪਿਆਸ ਉਤਰ ਜਾਏ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਪੂਰਨ ਹੋਵੇ ਸਗਰੀਆ ਡੋਲੇ ਨਾਮ ਔਖਦ ਸੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦਿਵਾਵੇ ਹਰ ਹਰ
ਵਾਹਿਗੁਰੂ 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 ਵਾਹਿਗੁਰੂ
ਉਹ ਵਡਭਾਗੇ ਨੇ ਜਿਹੜੇ ਆਪਣੇ ਹੁੰਦਿਆਂ ਗੁਰੂ ਨਾਲ ਜੁੜਦੇ ਨੇ, ਨਾਮ ਨਾਲ ਜੁੜਦੇ ਨੇ। ਉਹਨਾਂ ਦੇ ਜਾਣ ਤੋਂ ਬਾਅਦ ਵੀ ਗੁਰੂ ਦੀਆਂ ਬਾਤਾਂ ਪੈਂਦੀਆਂ ਨੇ, ਨਾਮ ਜਪ ਹੁੰਦਾ ਹੈ, ਕੀਰਤਨ ਹੁੰਦਾ ਹੈ। ਭੈਣ ਜੀ ਅਮਰਜੀਤ ਕੌਰ ਤਲਵਾਰ ਲੰਡਨ ਵਿਖੇ ਵੀ ਜਦੋਂ ਇਲਾਜ ਚੱਲ ਰਿਹਾ ਸੀ, ਉੱਥੇ ਸਾਡੇ ਦੀਵਾਨ ਚੱਲ ਰਹੇ ਸੀ, ਉੱਥੇ ਵੀ ਮੇਲ ਹੋਇਆ, ਮਿਲ ਕੇ ਅਰਦਾਸ ਕੀਤੀ, ਨਾਮ ਜਪ ਹੋਇਆ। ਇਸ ਗੁਰੂ ਘਰ ਨਾਲ ਬਹੁਤ ਪਿਆਰ ਪੂਰੇ ਪਰਿਵਾਰ ਦਾ, ਤਲਵਾਰ ਪਰਿਵਾਰ ਦਾ। 101 ਅਖੰਡ ਪਾਠਾਂ ਦੀ ਲੜੀ ਪਰਿਵਾਰ ਵੱਲੋਂ ਚੱਲੀ, ਪਰ 200 ਤੋਂ ਉੱਪਰ ਅਖੰਡ ਪਾਠ ਸਾਹਿਬ ਜੀ ਇਹ ਲੜੀ ਵਿੱਚ ਹੋ ਗਏ। ਬਾਣੀ ਦੇ ਪ੍ਰਭਾਵ ਚੱਲ ਰਹੇ ਨੇ, ਉਹ ਠੀਕ ਵੀ ਹੋ ਗਏ। ਪਰ ਕਹਿੰਦੇ ਨੇ ਜਿਹੜੇ ਸਵਾਸ ਨੇ ਨਾ, ਇਹ ਲਿਖ ਕੇ ਆਉਂਦੇ ਨੇ। ਬਾਣੀ ਦਾ ਅਸਰ ਹੋਇਆ, ਉਹਨਾਂ ਦਾ ਰੋਗ ਠੀਕ ਹੋ ਗਿਆ, ਪਰ ਬਹਾਨਾ ਬਣਿਆ ਭੈਣ ਜੀ ਅਮਰਜੀਤ ਕੌਰ ਗੁਰੂ ਚਰਨਾਂ ਵਿੱਚ ਆ ਬਿਰਾਜੇ। ਜਦੋਂ ਮੈਂ ਇੰਡੀਆ ਆਇਆ ਹੋਇਆ ਸੀ, ਕੁਝ ਦਿਨਾਂ ਤੋਂ ਮੈਨੂੰ ਪਤਾ ਚੱਲਿਆ, ਪਰਿਵਾਰ ਨਾਲ ਜੋ ਸਾਂਝ ਹੈ, ਪਿਆਰ ਹੈ, ਬੜੀ ਪੁਰਾਣੀ ਹੈ। ਸਾਰੇ ਰੁਝੇਵੇਂ ਛੱਡ ਕੇ ਇਸ ਵਿੱਚ ਪਹੁੰਚਣਾ ਉਚਿਤ ਸਮਝਿਆ। ਔਰ ਇੱਕ ਕੀਰਤਨ ਨਹੀਂ, ਕੱਲ੍ਹ ਦਾ ਜੋ ਅੰਤਿਮ ਅਰਦਾਸ ਦਾ ਦਿਨ ਹੈ, ਜੋ ਪਾਮਲੋਨ ਆਂਸਲ ਗੋਲਫ ਸਿਟੀ ਲੁੱਲੂ ਮੌਲ ਦੇ ਪਿੱਛੇ ਭਾਵੇਂ 2:30 ਤੋਂ 3:30 ਛੱਪਿਆ, ਪਰ ਆਪਾਂ 2 ਵਜੇ ਸ਼ੁਰੂ ਕਰਨਾ ਹੈ, ਕਿਉਂਕਿ 2:15 ਅਸੀਂ ਸਮਾਪਤੀ ਕਰਨੀ ਹੈ, ਸਾਡੀ ਫਲਾਈਟ ਵੀ ਹੈ। ਸੋ ਪਿਆਰਿਓ, ਇੱਕ ਨਹੀਂ 2 ਕੀਰਤਨ ਉਹਨਾਂ ਦੀ ਯਾਦ ਵਿੱਚ ਹੋ ਰਹੇ ਨੇ। ਕੱਲ੍ਹ ਘਰ ਵਿਖੇ ਵੀ ਜਿੱਥੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਹੋਣੇ ਨੇ, ਉੱਥੇ ਵੀ ਕੀਰਤਨ ਹੋਣੇ। ਇਹ ਸਾਰੇ ਬਾਣੀ ਦੇ ਪ੍ਰਭਾਵ ਚੱਲ ਰਹੇ ਨੇ ਉਹਨਾਂ ਦੀ ਯਾਦ ਵਿੱਚ। ਹਰ ਨਾਮ ਕਾ ਉਹਲਾ, ਨਾਮ ਦਾ ਆਸਰਾ ਲੈ ਰਹੇ ਹਾਂ ਪਿਆਰਿਆ। ਆਪਣੇ ਮਨ ਨੂੰ ਸਮਝਾ ਕੇ ਪਹਿਲਾ ਸ਼ਬਦ ਪੜਿਆ ਸੀ ਨਾ ਭਾਈ ਦੇ, ਇਸ ਮਨ ਕੋ ਸਮਝਾਏ, ਮਨ ਨੂੰ ਸਮਝਾ ਲਈਏ ਜੀ। ਜਿਵੇਂ ਸਰੀਰ ਕਰਕੇ ਉਹ ਚਲੇ ਗਏ, ਆਪਾਂ ਵੀ ਉੱਥੇ ਜਾਣਾ ਹੈ ਪਿਆਰਿਓ। ਸੋ ਨਾਮ ਦਾ ਆਸਰਾ, ਨਾਮ ਦਾ ਉਹਲਾ ਲਈਏ। ਇੱਕ ਵਾਰ ਸਾਰੇ ਪੰਕਤੀ ਪੜ੍ਹੀਏ। ਹਰਿ ਨਾਮ ਕਾ ਉਹਲਾ, ਹਰਿ ਨਾਮ ਕਾ ਉਹਲਾ, ਉਹਲਾ ਜਪੋ। ਹਰਿ ਨਾਮ ਕਾ ਉਹਲਾ, ਹਰਿ ਨਾਮ ਕਾ ਉਹਲਾ, ਉਹਲਾ। ਗੁਰੂ ਦੀ ਲੜ ਕਿਉਂ ਲੱਗੇ? ਕਿਉਂ ਗੁਰੂ ਦੀ ਬਾਣੀ ਨਾਲ ਜੁੜੇ ਹਾਂ? ਗੁਰੂ ਤੋਂ ਸਦਕੇ ਕਿਉਂ ਜਾਈਏ ਜੀ? ਕਿਉਂਕਿ ਗੁਰੂ ਆਪ ਮੁਕਤ ਹੈ ਅਤੇ ਸਾਨੂੰ ਜਨਮ ਮਰਨ ਦੇ ਗੇੜ ਤੋਂ ਮੁਕਤ ਕਰ ਦੇਵੇਗਾ, ਉਹਨਾਂ ਦੀ ਬਾਣੀ ਮੁਕਤ ਕਰ ਦੇਵੇਗੀ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ।
ਆਪ ਗੁਰੂ ਮੁਕਤ ਹੈ ਉਹਨਾਂ ਦੀ ਬਾਣੀ ਨਾਲ ਜੁੜ ਕੇ ਅਸੀਂ ਆਪਣਾ ਜੀਵਨ ਸਫਲ ਕਰ ਲਾਂਗੇ। ਆਓ ਪਾਵਨ ਸ਼ਬਦ ਨਾਲ ਜੁੜਨਾ ਕਰੀਏ, ਸਾਰੇ ਮਿਲ ਕੇ ਪੜ੍ਹੀਏ। ਐਸੇ ਗੁਰ ਕਾ ਬਲ ਬਲ ਜਾਈਏ, ਐਸੇ ਗੁਰ ਕਾ ਬਲ ਬਲ ਜਾਈਏ, ਆਪ ਮੁਕਤ ਗੁਰ ਕਾ ਬਲ ਬਲ ਜਾਈਏ, ਐਸੇ ਗੁਰ ਕਾ ਬਲ ਬਲ ਜਾਈਏ, ਆਪ ਲਾਖ 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 ਕਈ
जैसे गुर का बल बल जाइए ऐसे गुर का बल बल जाइए आप मुकत मोहे तारे आप मुकत बल बल जाइए ऐसे गुर का बल बल जाइए आप मुकत मोहे तारे आप मुकत मोहे तारे ही पड़ी है विषम 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 ही पड़ी विषम विषम पड़ी है विषम 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 ही पड़ी है ला नानक संतन रस आई है जो जो
विषम ही भरी है ज्या के दूंगा मुस्करे Bye.
ਵਾਹਿਗੁਰੂ, 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 ਐਸੇ ਗੁਰ ਕਾ ਬਲ ਬਲ ਜਾਈਏ, ਐਸੇ ਗੁਰ ਕਾ ਬਲ ਬਲ ਆਪ ਮੁਖਤ ਮਹੇ ਤਾਰੇ, ਆਪ ਮੁਖਤ ਮਹੇ ਤਾਰੇ, ਨਾਰਾਇਣ ਨਰਪਤ ਨਮਸਕਾਰ, ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕਾ ਬਲ ਬਲ ਜਾਈਏ, ਐਸੇ ਗੁਰ ਕਾ ਬਲ ਬਲ ਜਾਈਏ, ਆਪ ਮੁਕਤ ਤਾਰੇ, ਮੋਹੇ ਤਾਰੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਆਪਣੇ ਸੇਵਕਾਂ ਨੂੰ ਤਾਰ ਲਓ ਜੀ। ਗਰੀਬਨ ਬਾਜ ਭੈਣ ਜੀ ਅਮਰਜੀਤ ਕੌਰ, ਤੁਹਾਡੇ ਦਰ ਦੇ ਸੇਵਕ ਸੱਚੇ ਪਾਤਸ਼ਾਹ ਹਾਜ਼ਰੀਆਂ ਭਰਨੂ ਹੈ। ਭੁੱਲਾਂ ਚੁੱਕਾਂ ਮਾਫ਼ ਕਰਕੇ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ। ਇੱਕ ਵਾਰ ਸਾਰੇ ਜਪੋ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਕਰਨਾਉ ਨਿਧ ਆਵੇ ਤਾਏ, ਕਰਨਾਉ ਨਿਧ ਆਵੇ ਤਾਏ, ਤੇਗ ਬਹਾਦਰ ਸਿਮਰਿਐ, ਤੇਗ
ਤੇਗ ਬਹਾਦੁਰ ਸਿਮਰਿਐ ਤੇਗ ਬਹਾਦੁਰ ਸਿਮਰਿਐ ਵਾਹਿਗੁਰੂ 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 ਜਪੋ ਵਾਹਿਗੁਰੂ ਸਾਰੇ ਵਾਹਿਗੁਰੂ 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 ਸੰਗਤ ਵਾਹਿਗੁਰੂ 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 ਸਾਰੇ ਤਲਵਾਰ ਪਰਿਵਾਰ ਵੱਲੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਦੇ ਸਮਾਗਮ ਭੈਣ ਜੀ ਅਮਰਜੀਤ ਕੌਰ ਜੀਆਂ ਦੀ ਯਾਦ ਵਿੱਚ ਹੋ ਰਹੇ ਨੇ ਕਿਰਪਾ ਕਰਨਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਚੜ੍ਹਦੀਆਂ ਕਲਾਂ ਵਿੱਚ ਰੱਖਣਾ ਪਰਿਵਾਰ ਨੂੰ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਨੂੰ ਆਪਣੇ ਨਾਮ ਨਾਲ ਜੋੜਨਾ ਪਿਆਰੀ ਸਤਸੰਗ ਜੀ ਅਗਰ ਸਾਡੇ ਵਿੱਚ ਕੋਈ ਕਮੀ ਆਈ ਹੈ ਤਾਂ ਸ਼ਰਧਾ ਦੀ ਕਮੀ ਆਈ ਹੈ ਘਰ ਪੱਕੇ ਹੋ ਗਏ ਨੇ ਸਿੱਖ ਕੱਚੇ ਹੋ ਗਏ ਨੇ ਸਾਡੇ ਵਿੱਚ ਉਹ ਭਾਵਨਾ ਘੱਟ ਗਈ ਹੈ ਗੁਰੂ ਦਾ ਪਿਆਰ ਘੱਟ ਗਿਆ ਗੁਰੂ ਨਾਲ ਪਿਆਰ ਪਾਈਏ ਕਿਵੇਂ ਆ ਵੇਖਦੇ ਹਾਂ ਨਾ ਜਦੋਂ ਆਨੰਦ ਸਾਹਿਬ ਜੀ ਦਾ ਪਾਠ ਸ਼ੁਰੂ ਹੁੰਦਾ ਏ ਸਿੱਖ ਆਉ ਗਿਆ ਆਉ ਗਿਆ ਆਉ ਗਿਆ ਆਪਣੇ ਗੁਰੂ ਨੂੰ ਛੱਡ ਕੇ ਭਾਵਨਾ ਬਣਾਈਏ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਨੇ ਬਾਬਾ ਨਾਨਕ ਜੀ ਬੈਠੇ ਜੋਤ ਹੈ ਗੁਰੂ ਨਾਨਕ ਅਰਦਾਸ ਵਿੱਚ ਸ਼ਾਮਿਲ ਹੋਇਆ ਕਰੀਏ ਫਿਰ ਆਪਣੀ ਅਰਦਾਸ ਕਰਿਆ ਕਰੀਏ ਸੰਗਤੀ ਰੂਪ ਵਿੱਚ ਜੋ ਅਰਦਾਸ ਹੁੰਦੀ ਕਬੂਲ ਹੁੰਦੀ ਹੈ ਫਿਰ ਸਤਿਗੁਰੂ ਜੀ ਦਾ ਹੁਕਮਨਾਮਾ ਸਰਵਣ ਕਰਕੇ ਸਤਿਗੁਰੂ ਜੀ ਦੀਆਂ ਪੂਰੀਆਂ ਛੁੱਟੀਆਂ ਲੈ ਕੇ ਜਾਇਆ ਕਰੇ ਆਓ ਆਪਾਂ ਆਨੰਦ ਸਾਹਿਬ ਦੇ ਪਾਠ ਨਾਲ ਹੁਣ ਸਾਰਿਆਂ ਨੂੰ ਜੁੜਨਾ ਹੈ ਕੱਲ੍ਹ ਦਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਘਰ ਵਿੱਚ ਪਾਠ ਦੇ ਭੋਗ ਪੈਣੇ ਨੇ ਫਿਰ 2 ਤੋਂ ਲੈ ਕੇ 3:15 ਵਜੇ ਤੱਕ ਪਾਮ ਲੋਨ ਆਂਸਲ ਗੋਲਫ ਸਿਟੀ ਵਿਖੇ ਲੁੱਲੂ ਮੌਲ ਦੇ ਪਿੱਛੇ ਜੋ ਜਗ੍ਹਾ ਹੈ ਉੱਥੇ ਅੰਤਮ ਅਰਦਾਸ ਕੀਰਤਨ ਸਮਾਗਮ ਹੋਣਾ ਹੈ ਸੋ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਜੀ ਆਓ ਆਨੰਦ ਸਾਹਿਬ ਦੇ ਪਾਠ ਨਾਲ ਜੁੜੀਏ ਰਾਮ ਕਲੀ ਮਹੱਲਾ 3 ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰਨਾ ਤੇਰੇ ਸਭ ਕੁਛ ਹੈ ਜਿਸ ਦੇ ਨੇ ਸੋ ਪਾਵੇ ਸਦਾ ਸਿਫਤ ਸਲਾ ਤੇਰੀ ਨਾਮ ਮਨ ਵਸਾਵੇ ਨਾਮ ਦਿਲ ਤੇ ਮਨ ਵਸਿਆ ਵਾਜੇ ਸ਼ਬਦ ਕਰੇ ਰੇ ਕਹਿ ਨਾ
ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਸੱਚ ਨਾਮੇ ਆਧਾਰ ਮਿਰਾਜ ਭੁੱਖਾ ਸਭ ਗਵਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਪਹਿਲੇ ਨਾਨਕ ਸੁਣੋ ਸੰਤੋ ਸਬਦ ਕਰੋ ਪਿਆਰ ਸਾਚਾ ਨਾਮ ਰਾਧਾ ਰੋ ਅਜ ਪੰਜ ਸਵੇਤ ਕਰ ਸੁਭਾਗੇ ਕਰ ਸੁਭਾਗੇ ਦਵਾਜੇ ਕਲਾ ਜਤਕਰਤਾਰੀਆ ਪੰਜ ਦੁੱਤ ਦਿਵਸ ਕੀਤੀ ਕਾਲ ਕੰਟਕ ਮਾਰਿਆ ਕਹਿ ਨਾਨਕ ਤੈਸੋ ਵਰਤਤ ਘਰ ਮਨ ਹਦਵਾਜੀ ਹਰ ਬ੍ਰਹਮ ਤਪਾਇਆ ਉਤਰੇ ਸਗਲ ਵਿਸੂਰੇ ਸੰਤ ਸਾਧਨ ਭਏ ਸਰਸੇ ਪੂਰੇ ਗੁਰ ਕੀ ਜਾਣੀ ਜਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋ ਦਿਵਸ ਰਾਤ ਦੁਰਦਾਈ ਦਇਆ ਖੇਲੇ ਸਗਲ ਜਗਤੇ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰੇ ਜਿੰਨੀ ਨਾਮ ਨਾਨਕ ਦੇ ਮੂਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਨਾਨਕ ਦੇ ਮੂਜਲੇ ਕੇਤੀ ਛੁੱਟੀ ਨਾਲ ਪਿਆਰ ਸਹਿਤ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ